ओके या भैन की मतलब हो रो चुप कर जा। अस्सलामु अलैकुम नाज़रीन, मैं अजमल सोनी ते तुसी देख रहे सज्जाद जानी ऑफिशियल से। नाज़रीन जो टी टाइम च मेरे नाल साजिद मिठापुरिया, फरीद साबरी ते गड़दिन्नी पिन्नी फैसल रामे। अच्छा एक गल सुन, तुसी झूठे इंसान आ, तब ते कुछ यकीन नहीं करदा, डेली असी चार हुंदे आ, मेरे नाल ने फैसल रामे मिठापुरिया साज यार, असी हो जदा कहो के यार शो ते बैठे आ नाज़रीन, की हाल चाल आ तुसी? अच्छा ਮੈਂ ਦੱਸ, ਕੱਲ੍ਹ ਗੜਦਿੰਨੀ ਪਿੰਨੀ ਹੈ ਸੀ ਫੈਸਲ ਰਾਮੇ? ਕੱਲ੍ਹ ਗੜਦਿੰਨੀ ਪਿੰਨੀ ਨਹੀਂ ਸੀ ਆਇਆ, ਲੇਕਿਨ ਚੌਲਾਂ ਦੀ ਪਿੰਨੀ ਹੈ ਸੀ। ਆਹ ਦੇਖੋ ਨਾ, ਗੜਦਿੰਨੀ ਪਿੰਨੀ ਦਾ ਜਿਹੜਾ ਇਜ਼ਾਫਾ ਹੈ ਇਹ ਨਾਜ਼ਰ ਨੂੰ, ਨਾਜ਼ਰ ਗੜਦਿੰਨੀ ਪਿੰਨੀ। ਅੱਛਾ ਨਾਜ਼ਰ, ਗੱਲ ਪਤਾ ਕੀ ਆ, ਇਹ ਮੈਨੂੰ ਵੀ ਨਹੀਂ ਪਤਾ ਕੀ ਆ, ਅਤੇ ਫਰੀਦ ਸਾਹਿਬ ਦੱਸ ਸਕਦੇ ਨੇ, ਮੈਨੂੰ ਲੱਗਦਾ ਉਹ ਵੀ ਨਹੀਂ ਦੱਸ ਸਕਦੇ। ਅਤੇ ਮਿੱਠੇ ਕੋਲ ਪੁੱਛਦੇ ਹਾਂ ਵੀ ਫੈਸਲ ਰਾਮੇ ਸਾਹਿਬ ਅੱਜ ਪਰੇਸ਼ਾਨ ਕਿਉਂ ਆ? ਯਾਰ ਰਮਜ਼ਾਨ ਦੀ ਆਮਦ ਆਮਦ ਆ ਨਾ, ਰੋਜ਼ੇ ਆਉਣ ਵਾਲੇ, ਰਮਜ਼ਾਨ ਸ਼ਰੀਫ ਆਉਣ ਵਾਲਾ, ਅਤੇ ਉਸ ਗਰੀਬ ਨੂੰ ਪਤਾ ਕਿ ਯਾਰ ਹੁਣ ਕੈਦ ਹੋ ਜਾਣਾ, ਲੋਕਾਂ ਨੇ ਘਰਾਂ ਹੀ ਕੈਦ ਹੋਣਾ, ਰੋਜ਼ੇ ਰੱਖ ਕੇ ਸੌਣਾ, ਰੋਜ਼ੇ ਰੱਖਣੇ ਪੈਣੇ, ਫੈਸਲੇ ਕੋਈ ਖੁੱਲ੍ਹਾ ਖਾਣ ਵਾਲੇ ਨਾਲੇ, ਜਿਹੜੇ ਨੇਕ ਪਰਹੇਜ਼ਗਾਰ ਲੋਕ ਨੇ ਅੱਲਾਹ ਦਾ ਇਬਾਦਤ ਕਰਨਗੇ, ਉਹਨਾਂ ਦਾ ਤਾਂ ਬਣਦਾ ਵਾ, ਅਤੇ ਫੈਸਲ ਭਾਈ ਨੇ ਸੜਨਾ ਹੀ ਆ। ਕਾਹਤੋਂ ਸੜਨਾ ਵਾ, ਮੈਂ ਅਲਹਮਦੁਲਿਲਾ ਰੋਜ਼ੇ ਰੱਖਾਂਗਾ। ਅੱਛਾ ਫੈਸਲਾ, ਬਸ ਫੈਸਲ ਸਾਹਿਬ ਤੁਸੀਂ ਰੋਜ਼ੇ ਰੱਖਿਓ, ਅੱਛਾ ਪਰੇਸ਼ਾਨੀ ਕਿਉਂ ਅੱਜ? ਪਰੇਸ਼ਾਨੀ ਕੋਈ ਵੀ ਨਹੀਂ ਯਾਰ ਹੈਗੀ, ਵੈਸੇ ਮੈਂ ਨਹੀਂ ਪਰੇਸ਼ਾਨੀ, ਤੁਹਾਡਾ ਹੇਅਰ ਸਟਾਈਲ ਦੱਸਣ ਡਿਆ ਪਰੇਸ਼ਾਨੀ। ਨਹੀਂ ਨਹੀਂ, ਕੋਈ ਖੁੱਲ੍ਹ ਕੇ ਗੱਲ ਕਰੋ, ਕਿਸੇ ਸ਼ਾਇਦ ਜ਼ਰੂਰਤ ਆ, ਕੋਈ ਪੈਸਾ ਪੂਸਾ ਚਾਹੀਦਾ, ਅਤੇ ਕਾਸੀ ਘੱਟ ਦਾ ਮੈਸੇਜ ਕਰ ਦਿਓ, ਰੌਲਾ ਕੋਈ ਖੁਦਾ ਨਾ ਖਾਸ ਦਾ ਤੁਸੀਂ ਪੈਸਾ ਨੂੰ ਘਬਰਾਉਣਾ ਨਹੀਂ ਹੈਗਾ, 20-30-40 ਹਜ਼ਾਰ ਦਾ ਕੋਈ ਰੌਲਾ ਨਹੀਂ, ਇਹ ਬੈਂਕ 'ਚ ਲੱਭ ਜਾਂਦੇ। ਮੈਂ ਦੱਸਦਾ ਕਿਉਂ ਪਰੇਸ਼ਾਨ ਆ, ਉਹਨਾਂ ਦਾ ਬੇਟਾ ਜਿਹੜਾ ਨਾ ਫੇਸਬੁੱਕ ਤੇ ਸਟੇਟਸ ਪਾ ਦਿਓ ਕਿ ਮੇਰੇ ਬੇਟੇ ਦੀ ਸ਼ਾਦੀ ਹੈ, ਕਿਸੇ ਦੇ ਸ਼ਾਮਿਕਾ ਨੇ ਪੁੱਛਾ, ਬਸ ਤੇਰਾ ਸਰ ਗਿਆ ਯਾਰ, ਲਾਮੇ ਤਾਂ ਲਾਮਾ ਦੀ ਪੋਸਟ ਦੀ ਪੋਸਟ, ਚੱਲ ਨਾਲ ਗਾਣਾ ਵੀ ਹੋ ਸਕਦਾ, ਪੋਸਟ ਪੋਸਟ ਨਾਰ ਇਹ ਪੋਸਟੀ ਤੇਰੇ ਦਮ ਸੇ ਹੈ, ਇਹ ਤੇ ਵੱਡਾ ਪੋਸਟ ਪਕਾਉਂਦੇ ਹੀ ਹੋ ਨਾ ਤੁਸੀਂ। ਅਜੇ ਸ਼ਾਦੀ ਨਹੀਂ ਮੈਂ ਕਰਨੀ ਉਹਦੀ, ਅਜੇ ਮੇਰਾ ਬੇਟਾ ਪੜ੍ਹ ਰਿਹਾ, ਉਹਦੀ ਤਲੀਮ ਮੁਕੰਮਲ ਹੋਏਗੀ। 8 ਪੜ੍ਹ ਗਿਆ ਮੁਕੰਮਲ ਹੀ ਹੋ ਗਈ ਤੁਹਾਡੇ ਹਿਸਾਬ ਨਾਲ? ਇੰਨੀ ਕੁ ਪੜ੍ਹਦੇ, ਇੰਨੇ ਆ ਪੜ੍ਹਦੇ ਇਹਨਾਂ ਦੇ ਖਾਨਦਾਨ 'ਚ ਕਦੋਂ? ਜਿਹੜੇ ਸਭ ਤੋਂ ਲੋਸਟ ਤਲੀਮ ਜਿਹੜੀ ਹੈ ਨਾ, ਜਿਹੜੀ ਸਾਡੇ ਖਾਨਦਾਨ 'ਚ ਜਿਹੜਾ ਸਭ ਤੋਂ ਘੱਟ ਪੜ੍ਹਿਆ ਉਹ ਮੈਂ ਵਾਂ, ਗ੍ਰੈਜੂਏਸ਼ਨ। ਹਾਂਜੀ ਬੈਠਾ, ਤੂੰ ਹੱਸਿਆ ਵੀ ਹੁਣ, ਇਹ ਸੜਦੇ ਤੈਨੂੰ ਕੀ? ਕਹਿੰਦੇ ਮੈਂ ਗ੍ਰੈਜੂਏਸ਼ਨ ਕੀਤੀ ਆ, ਨਹੀਂ ਯਾਰ ਮੈਸੇਜ ਆ, ਮੈਂ ਸਹੀ ਦੱਸਾਂ ਲਗਾ ਨਾਜ਼ਰੀਨ, ਵੱਡੇ ਆ, ਸੀਨੀਅਰ ਆ, ਸ਼ੁਕਰ ਦਾ ਸ਼ੁਕਰ ਆ, ਜਦੋਂ ਕੋਈ ਮੈਸੇਜ ਆਉਂਦਾ ਨਾ ਤੇ ਮੈਂ ਨਾਲ ਪਿਆ ਹੋਗਾ, ਆ ਦੇਖੀ ਬੇਟੇ ਕੀ ਲਿਖਿਆ, ਆ ਕੀ ਲਿਖਿਆ, ਦੇਖੀ ਮੇਰੀ ਨਜ਼ਰ ਨਹੀਂ, ਮੈਂ ਨਜ਼ਰ ਤਾਂ ਨਹੀਂ, ਨੰਬਰ ਕੱਢ ਕੇ ਦਿੰਦਾ ਯਾਰ, ਦੇਖੀ ਰਸ਼ੀਦ ਕਿੱਥੇ ਲਿਖਿਆ, ਮੈਨੂੰ ਕਾਲ ਕਰਦੀ, ਮੈਂ ਕੰਟੈਕਟ ਨੰਬਰ ਕੱਢ ਕੇ ਦਿੰਦਾ, ਤੇ ਭਾਈ ਜਿਹੜੇ ਗ੍ਰੈਜੂਏਸ਼ਨ ਕੀਤੀ ਆ ਇਹ ਭੈਣ, ਅੱਜ ਤੀਕਰ ਇਹਨਾਂ ਨੇ ਨਾ ਨਾਲੇ ਵਾਲੀ ਬਣੈਣ ਪਾਈ, ਇੱਥੋਂ ਕਰਕੇ ਨਾਲ ਬਿਜਲੀ ਦਾ ਬਿੱਲ ਆ ਜਾਵੇ, ਨਾਲ ਦੇ ਬੱਚੇ ਨੂੰ ਕੱਢ ਕੇ ਦੱਸੀ ਕਿੰਨਾ ਆਇਆ ਵਾ, ਗ੍ਰੈਜੂਏਸ਼ਨ ਕੀਤੀ, ਗ੍ਰੈਜੂਏਸ਼ਨ ਜੇ ਬਹੁਤਾ ਆਇਆ ਤਾਂ ਕਹੂੰਗਾ ਸਾਡਾ ਨਹੀਂ ਹੈਗਾ, ਉਹ ਅੱਗੇ ਸਿੱਖਿਆ ਕਿਤੇ ਜਾ। ਅੱਛਾ ਚਾਹ ਦੀ ਡੱਬੀ ਲੈਣ ਜਾਣ ਕੇ ਤਾਂ ਦੁਕਾਨਦਾਰ ਨੂੰ ਦਿਖਾਈ ਜਾਣ ਕੇ, ਦੇਖ ਸਰ ਕੀਮਤ ਕਿੰਨੀ ਲਿਖੀ ਹੈ, ਅਜੇ ਵੀ ਗ੍ਰੈਜੂਏਸ਼ਨ ਕੀਤੀ ਹੈ। ਸਹੀ ਗੱਲ। ਅੱਛਾ ਫੈਸਲ ਸਾਹਿਬ, ਜਦੋਂ ਤੁਸੀਂ ਗ੍ਰੈਜੂਏਸ਼ਨ ਕੀਤੀ ਆ, ਤੁਹਾਨੂੰ ਕਿਸੇ ਨੇ ਨਹੀਂ ਸਮਝਾਇਆ ਵੀ ਤੁਸੀਂ ਆਉਣਾ ਪੈਣਾ ਗ੍ਰੈਜੂਏਸ਼ਨ ਨਾ ਕਰ? ਇਹਨਾਂ ਗ੍ਰੈਜੂਏਸ਼ਨ ਪਤਾ ਕਿੱਦਾਂ ਕੀਤੀ, ਆ ਮਾਚਸ ਦੇ ਮਗਰ ਨਹੀਂ ਲਿਖੇ ਹੁੰਦੇ ਕਾਲ ਫੜ ਫੜ ਕੇ? ਅੱਛਾ ਫੈਸਲ ਨੂੰ ਘਰੋਂ ਕਾਲ ਆਈ, ਕਹਿੰਦੇ ਕਿੱਥੇ ਆ, ਕਹਿੰਦੇ ਮੈਂ ਗ੍ਰੈਜੂਏਸ਼ਨ ਕਰਕੇ ਆਉਂਦਾ। ਔਰ ਸ਼ੁਕਰ ਕਰੋ ਕਿ ਇਹਨਾਂ ਨੂੰ ਗ੍ਰੈਜੂਏਸ਼ਨ ਕਰਦੇ ਕਿਸੇ ਨੇ ਉੱਤੋਂ ਨੂੰ ਦੇਖ ਲਿਆ, ਸਹੀ ਗੱਲ ਹੈ, ਚੁੱਕਣੀ ਪੈਣੀ ਸੀ ਗ੍ਰੈਜੂਏਸ਼ਨ ਸਾਰੀ, ਕਹਿੰਦੇ ਮੈਂ ਆਪਣੀ ਬੈਡ ਈਦ ਤੇ ਗ੍ਰੈਜੂਏਸ਼ਨ ਕਰਾਉਣੀ ਹੈ। ਪਤਾ ਨਹੀਂ ਇਹ ਵੇਖਿਓ ਨਾ, ਇਹ ਤਲੀਮ ਨੂੰ ਕਿੱਧਰ ਲੈ ਗਏ ਆ, ਕਿੱਧਰ ਲੈ ਗਏ, ਕਿਤੇ ਗੱਟ ਵਾਲੇ ਲੈ ਗਏ, ਕਿਤੇ ਬਾਈਪਾਸ ਤੇ ਲੈ ਗਏ, ਤਲੀਮ ਤਲੀਮ ਇੰਨੀ ਕੁ ਜ਼ਰੂਰੀ ਹੋ ਗਈ ਹੈ ਨਾ ਇਨਸਾਨ ਵਾਸਤੇ? ਨਾਜ਼ਰੀਨ ਤਲੀਮ ਇੰਨੀ ਜ਼ਰੂਰੀ ਹੈ ਜਿੱਦਾਂ ਬਾਰਿਸ਼ 'ਚ ਲੱਕੜ ਜ਼ਰੂਰੀ ਹੈ। ਇਹਦੇ ਮੁੰਡੇ ਦੇ ਸਾਲਗਿਰਾ ਸੀ ਅਤੇ ਉਹਨਾਂ ਨੇ ਦਵਾਈ ਦਿੱਤੀ ਭੋੜਿਆਂ ਦੇ ਲਾਉਣ ਵਾਲੀ ਗਿਫਟ 'ਚ, ਗ੍ਰੈਜੂਏਸ਼ਨ ਕਰਨੀ। ਪਰ ਫੈਸਲ ਦਾ ਮੁੰਡਾ ਨਹੀਂ, ਉਹਨੂੰ ਬੁਖਾਰ ਚੜਿਆ, ਡਾਕਟਰ ਨੇ ਥਰਮਾਮੀਟਰ ਰੱਖਿਆ, ਉਹ ਚੱਬ ਗਿਆ ਅੰਦਰ ਲਗਾ ਕੇ। ਸਰ ਦੇਖੋ ਵੀ ਸਾਲਗਿਰਾ ਦੇ ਕੋਈ ਕੋਗਲਾਂ ਦਾ ਕੋਈ ਪੈਪਸੀ ਲਾਉਂਦੇ ਨੇ, ਏਡਾ ਗੈਲਨ ਪਾਇਓਡੀਨ ਦਾ ਲਿਆਂਦਾ ਸੀ ਕੋਈ, ਅਤੇ ਇਹਨੇ ਕਹਿੰਦੇ ਮੈਂ ਪੁਲਿਸ 'ਚ ਲਵਾਉਣਾ ਪੁਲਿਸ 'ਤੇ, ਅਤੇ ਉਹ ਨਾਲੇ ਪਾਣੀ ਫੜ ਕੇ ਇੰਸਪੈਕਟਰ ਦੀ ਐਕਟਿੰਗ ਕਰਨ ਡਿਆ ਹੁੰਦਾ। ਉਹਨੂੰ ਸ਼ੌਕ ਆ, ਬਚਪਨ ਤੋਂ ਹੀ ਸ਼ੌਕ ਸੀਗਾ ਉਹਨੂੰ ਪੁਲਿਸ ਔਫਿਸਰ ਬਣਨ ਦਾ, ਆਵਾਮ ਦੀ ਖਿਦਮਤ ਕਰਨ ਦਾ, ਉਹਨੂੰ ਹਜੇ ਤੱਕ ਸ਼ੌਕ ਆ, ਬਹੁਤ ਖਿਦਮਤ ਕਰਨ ਦਾ ਸ਼ੌਕ ਹੈ ਜੀ ਉਹਨੂੰ, ਯਕੀਨ ਕਰੋ ਜਿਹੜਾ ਬਜ਼ੁਰਗ ਲੰਘਦਾ ਉਹਦੀ ਅੱਧਾ ਘੰਟਾ ਲੱਤਾਂ ਘੁੱਟਦਾ ਰੋਡ 'ਤੇ ਖਲੋਤੇ ਯਾਰ, ਉਹਨੂੰ ਆਵਾਮ ਦੀ ਖਿਦਮਤ ਦਾ ਬਾਕੀ ਸ਼ੌਕ ਹੈ। ਨਾਲ ਜਿਹੜਾ ਬਾਬਾ ਉਹਨੇ ਕਿਹਾ ਪੁੱਤ ਮੈਨੂੰ ਥੋੜ੍ਹਾ ਸੌਦਾ ਲਿਆ ਦੇ, ਕਹਿੰਦਾ ਕਿਉਂ ਤੇਰੇ ਗਿੱਟੇ ਦਰਦ ਕਰਦੇ ਫੈਸਲ ਬਾਈ, ਕੀ ਗੱਲ, ਕਿਤੇ ਬਿਸਤਰੇ ਚੋਂ ਨਿਕਲ ਗਏ, ਅੱਖਾਂ ਮਲੀ ਜਾਣ ਡੇ, 24 ਘੰਟੇ ਚੱਲੇ ਆ, ਤੋ ਗ੍ਰੈਜੂਏਸ਼ਨ ਕੀਤੀ ਨਾ, ਗ੍ਰੈਜੂਏਸ਼ਨ ਅੱਖਾਂ ਨੂੰ ਪੈ ਗਈ ਯਾਰ। ਨਾਜ਼ਰੀਨ ਗੱਲ ਹੈ ਵੀ ਕਿ ਮੈਂ ਮਿੱਠੇ ਨੂੰ ਅਤੇ ਫਰੀਦ ਸਾਬਰੀ ਨੂੰ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਉਹ ਖੁਦਾ ਦਾ ਹੀ ਨਾਮ ਫੈਸਲ, ਜਾਣ ਦਿਆ ਕਰ ਤੂੰ ਉਹਨਾਂ ਨੂੰ ਮੈਸੇਜ ਯਾਰ, ਕਿਹੜਾ ਤੂੰ ਕੰਮ ਸ਼ੁਰੂ ਕਰ, ਇਹਨਾਂ ਨੂੰ ਮੈਂ ਸਿਰ ਦੇਣਾ,
हथियार छिटे ने चलाने नहीं भुले कल ये तैयारी करके आन ये मेरे ना जोगतों का मुकाबला करे कल सिर्फ जोगत ही होनी नाजरी लाओ नाजरी अच्छा जी हाँ सिर्फ मिठा तो फरीद ये जोगत ही करे नाजरीन मैं भी तुम्हें गल दसदा कि असि सिर्फ जस्ट एक शुगल कर सकते शुगल शुगल नहीं कहें यार जुगत नहीं आदियाँ तो ये तो वो फलान डमगा ये कल आन ये मुकम्मल तैयारी करके आन लिंक तो रह के मेरे ना जुगत करनी है तुसी ठीक है लिंक तो रह के तो कल सिर्फ जुगत ही करा ठीक है ना एक्चुअली असि जानने के ऑनरेबल मिस्टर फैसल रामे नहीं कोई ऑनरेबल तैयारी करके कमा सवेर तैयारी करके आने एक डब्बी वाला कंबा ले आना एक जोगर पालिश करके लाने अठ सूट ले आने एक तिले वाला ते नाल एक चुंझ वाला खुसा ले आना ठीक हो गया ते नहा धो के एक शैंपू की बोतल नाल तीन किलो रस टोपी वाले ले आने भूर झूर बिस्कुटा का ले आना टोपिया ना है साफ वाले ले आवां हाँ अद्धा क दर्जन साफे वाले ले आओ तो जे मतलब जुगतबाजी का प्रोग्राम ही कितने दिन लैन चले असि एक मिनट बैठे ने कल तो सू पै जाना वा अज इन शुरू हो जाए आप दोवें जुड़ जाने मदरा हाथ ही होंगे अल्लाह माफी तो कल तो गल करनी है चलो फ्री तो डेट बदल गई है ਇਹਨੇ ਕੱਲ ਦਾ ਕਿਹਾ ਤੁਹਾਨੂੰ ਸਾਡਾ ਵੀਰ ਹੈਗਾ ਵਾ ਫੈਸਲ ਰਾਮੇ ਲਾ ਮਾਵੇ ਡਾਲਰਸ ਦੀ ਮੰਜੀ ਹੁੰਦੀ ਅਸੀਂ ਕਰ ਬਾਜੀ ਮੈਂ ਤੇ ਜੁਗਤ ਕਰ ਨਹੀਂ ਸਕਦਾ ਮੇਰੇ ਵੱਡੇ ਆ ਹਾਇਰ ਦਾ ਕੈਂਗਰੂ ਹੁੰਦਾ ਅੱਲਾ ਮਾਫੀ ਤੇ ਮੈਂ ਕਰ ਅੱਲਾ ਮਾਫੀ ਤੇ ਅਸੀਂ ਕੱਲ ਤੋਂ ਜ਼ੇਰੇ ਜ਼ਮੀਨ ਲੁੱਡੋ ਦਾ ਮੈਚ ਕਰਾਇਆ ਹੁੰਦਾ ਵਾ ਅਸੀਂ ਕੱਲ ਤੋਂ ਗੱਲ ਕਰਨੀ 120 ਦਾ ਜ਼ਨਾਨਾ ਹੁੰਦਾ ਮੈਂ ਨਹੀਂ ਭਾਈ ਜੁਗਤ ਨਹੀਂ ਤੁਹਾਨੂੰ ਕੱਲ ਤੋਂ ਗੱਲ ਕਰਨੀ ਇੱਕੋ ਉਂਗਲ ਵਾਲਾ ਦਸਤਾਨਾ ਹੁੰਦਾ ਸੀ ਤੁਸੀਂ ਭਰਾ ਵਾ ਬਾਜੀ ਅੱਲਾ ਮਾਫੀ ਤੇ ਪਾਣੀ ਵਾਲਾ ਬਲਬ ਹੁੰਦਾ ਮੈਂ ਤੁਹਾਨੂੰ ਕੱਲ ਤੋਂ ਜੁਗਤ ਕਰਨੀ ਤੁਸੀਂ ਵੱਡੇ ਹੋ ਪਾਣ ਫਸਲ ਮੈਂ ਨਹੀਂ ਤੁਹਾਨੂੰ ਜੁਗਤ ਕਰ ਰਿਹਾ ਪਾਣ ਅਸੀਂ ਕਦੀ ਵੀ ਨਹੀਂ ਜੁਗਤ ਕਰ ਸਕਦੇ ਵੀਲ ਮੱਛਲੀ ਨੇ ਸੁਰਖੀ ਲਾਈ ਹੁੰਦੀ ਸਾਨੂੰ ਫਰੀਦ ਕੋ ਹਯਾ ਕਰੋ ਯਾਰ ਫੈਸਲ ਬਾਈ ਸਰਵਸ ਵਾਲਿਆਂ ਦਾ ਗੱਟਰ ਹੁੰਦਾ ਮੈਂ ਜੁਗਤ ਨਹੀਂ ਕਰਨੀ ਇੱਕ ਕੰਡੇ ਵਾਲੀ ਬੱਕਰੀ ਹੁੰਦੀ ਮੈਂ ਪਹਿਲੇ ਹੀ ਹਾਰ ਗਿਆ ਯਾਰ ਕੈਸੀ ਮਿੱਠਿਆ ਵੈਸੇ ਦੀ ਗੱਲ ਕੀਤੀ ਪਾਣ ਅਸੀਂ ਕੱਦ ਤੋਂ ਤੁਹਾਨੂੰ ਜੁਗਤ ਕਰਨੀ ਹੈ ਗੱਡਰ ਚੱਲ ਸੀਡੀ ਲਾਈ ਹੁੰਦੀ ਸਾਡਾ ਤੁਹਾਡੇ ਨਾਲ ਜੁਗਤ ਬਣਦਾ ਹੈ ਭਾਜੀ ਪੱਠੇ 'ਚ ਰੋਟੀਆਂ ਲਾਈਆਂ ਹੁੰਦੀਆਂ ਮੈਂ ਤੁਹਾਨੂੰ ਕਦੋਂ ਜੁਗਤ ਕਰਨੀ ਮੇਰੇ ਵੱਡੇ ਭਾਈ ਹੈ ਮੌਸਮ ਹੈ ਮੇਰੇ ਭਾਜੀ ਕਿਹਦੇ 'ਚ ਰੋਟੀਆਂ ਲਾਈ ਜਾਂਦੀਆਂ ਪੱਠੇ 'ਚ पेश तू भी जुगत ही करनी है मैं सबर कर सकता कर दो नहीं यार मेरे मोस्ट सीनियर नाजरीन मैं जुगत नहीं कर सकता क्योंकि फैसल साहब मेरे भाई ने वड्डे यकीन भाई कोई नहीं तुसी जुगतां करो फैसल साहब मैं जुगत नहीं करनी बाटर वाले दा गटर हुंदा मैं जुगत नहीं कर सकता यार गानी वाला चूहा हुंदा असी जुगत कदों करनी वे ला यार एचपीएल दा पकौड़ा हुंदा असी कदों गल करनी भाई ने सानू कदी जरूरत कोई नहीं फैसल साहब मेरे भाई ने चितरी वाला समोसा हुंदा मैं जुगत नहीं करनी असी कदों गल करनी भाई ने लंगड़ा रस हुंदा भाई ने असी कदों गल करनी फैसल भाई एक मिनट प्लीज तुसी मेरे भाई हो मैं तुसी मेरे मोस्ट सीनियर दो अकल कर बुरकी ला के गुरबत मकई होंगी मुर्शदा का नाम नौमी होंगे ਉਹ ਮੇਰਾ ਮੌਲਾ ਨੌਮੀ ਜਲਾਲੀ ਅੱਛਾ ਫੈਸਲ ਸਾਹਿਬ ਨੇਕ ਆਦਮੀ ਤੇ ਆਪਣੇ ਪੀਰ ਨਾਲ ਯਸੂ ਪੰਜੂ ਖੇਲਣ ਦਾ ਇਹ ਉਹੀ ਹਾਰੀਆਂ ਲਾਸ਼ਾਂ ਪਾਈਆਂ ਪੀਰ ਦੇ ਸੁੱਟ ਅੱਛਾ ਫੈਸਲ ਆਪਣੇ ਮੁਰਸ਼ਿਦ ਨਾਲ ਯਸੂ ਪੰਜੂ ਖੇਲਣ ਦਾ ਜੇ ਕਿਥੋਂ ਨੇ ਹੱਥ ਲਾਲ ਕਰਤੇ ਤੇ ਉੱਥੇ ਗਾਣਾ ਗਾਉਣਾ ਮੇਰੀ ਪੀੜ ਜਾਣੇ ਮੇਰਾ ਪੀੜ ਹੋ ਜਾਣੇ ਫੈਸਲ ਸਾਹਿਬ ਤੁਸੀਂ ਚਾਹ ਨਹੀਂ ਪੀਰੇ ਕੀ ਗੱਲ ਮੈਂ ਨਹੀਂ ਪੀਣੀ ਉਹ ਪੀ ਲਓ ਨਹੀਂ ਭਾਜੀ ਥੋੜੀ ਗੱਲ ਚਾਹ ਥੋੜੀ ਹੈ ਵਿੱਚ ਵੱਟਾ ਸਿੱਟ ਲਓ ਕੱਪ ਭਰ ਜਾਓ ਥੋੜੀ ਹੁਣ ਮੈਂ ਪੂਰਾ ਹਮਾਮ ਭਰ ਕੇ ਰੱਖਦੀ ਅੱਗੇ ਚਾਹ ਥੋੜੀ ਹੈ ਸਿਰ ਧੋਣਾ ਚਾਹ ਨਾ ਤੂੰ ਨਹੀਂ ਕੀ ਵਜ੍ਹਾ ਕੀ ਨੇ ਤੁਸੀਂ ਸਨ ਆਪਣੇ ਬੱਚਿਆਂ ਦੇ ਮੁਕਾਬਲੇ ਰੱਖਣ ਲੱਗ ਗਏ ਛੋਟੇ ਵੀਰ ਨੇ ਤੇਰੇ ਸਾਰੇ ਤੁਹਾਨੂੰ ਪਤਾ ਅਸੀਂ ਤੁਹਾਡੇ ਤੋਂ 30-30 ਸਾਲ ਜੂਨੀਅਰ ਆ ਅਸੀਂ ਤੇ ਆਰਟਿਸਟ ਸਾਈਨ ਨਹੀਂ ਤੁਹਾਡੇ ਪੁੱਤਰਾਂ ਨੇ ਕਿਹਾ ਕਿ ਤੁਸੀਂ ਸਾਨੂੰ ਹਰਾਉਂਦੇ ਆ ਤਾਂ ਵੀ ਤੁਹਾਡੀ ਨਕਾਤੀ ਅਗਰ ਸਾਡੇ ਕੋਲ ਜਿੱਤਦੇ ਆ ਤਾਂ ਵੀ ਨਕਾਤੀ ਸਾਡੇ ਲਈ ਤੁਸੀਂ ਬਜ਼ੁਰਗ ਹੋ ਸਾਡੇ ਸੀਨੀਅਰ ਹੈਗੇ ਉਹ 15 ਰੁਪਏ ਨਾਲ ਰੱਜ ਕੇ ਰੋਟੀ ਖਾਂਦੀ ਹੁੰਦੀ ਐਸੇ ਸਾਹਿਬ ਸਾਡੇ ਲਈ ਤੁਸੀਂ ਕਾਬਲੇ ਜੁਰਮ ਹੋ ਤੁਸੀਂ ਸੀਨੀਅਰ ਹੋ ਸਾਡੇ 5 ਮਰਲੇ ਦੇ ਮਕਾਨ 'ਚ 1.5 ਕਨਾਲ ਦੀ ਸਵਿਮਿੰਗ ਪੂਲ ਬਣਾਇਆ अच्छा मान लो जो शो मार रहा अच्छा मकान लगे तो मिस्त्री को कहीं कहता यार मेरे गेस्ट बहुत आते जाते तो बैठो जी स्विमिंग पूल बना पायलट ने कान च नत्ती पाई सदरा तो डब्बी वाला रुमान इतने लपेटिया
ਅਸੀਂ ਕਦ ਤੋਂ ਤੁਹਾਨੂੰ ਗੱਲਾਂ ਕਰਨ ਖੜੇ ਰੁਕ ਕੇ ਲਈ ਆਉਣ ਦੀ ਹੁੰਦੀ ਅੱਛਾ ਖਿਤਾਬ ਕਰਦੇ ਕਈ ਜਿਹੜੇ ਆ ਮੇਰਾ ਚਾਰਜਰ ਕਿਹਨੇ ਚੁੱਕਿਆ ਸਹੀ ਸੀ ਦੱਸੋ ਸਹੀ ਗੱਲ ਉੱਡਣ ਵਾਲੀ ਮੱਛੀ ਹੁੰਦੀ ਅੱਲਾ ਮਾਫੀ ਦਾ ਵੈਸੇ ਜੁਗਤ ਨਹੀਂ ਕਰ ਰਹੇ ਵੈਸੇ ਕੁਛ ਸ਼ੁਗਲ ਕਰ ਰਹੇ ਹਾਂ ਧੁੰਨੀ 'ਚ ਡੁਬਕੀ ਲਾਈ ਹੁੰਦੀ अच्छा तुम्हें पता कि शजरगढ़ ने इफ्तिताह किया गवर्नमेंट ने बहुत पौधे ला रहे इमरान खान साहब उन्होंने कहा आवाम कर लाओ पौधे फैसल गली सुता बंदा इतनी धुनी च निम ला गया मिठे तेरा मुँह इंजा जिमें सावां दी नेरी च गुड्डी चढ़ाई होंगी फैसल साहब वेरी गुड मैं तेरे नाल तेरा मुँह इंजा जिमें हुसैना नाली साफ की होंगी तेरा मुँह इंजा जिमें टैंपिश की सुई ना कान साफ किया होंगे अच्छा एक मिनट टैम पीस की सुई ना कान साफ सुई ना कान अच्छा ठीक हो गया हाँ जी चल नक च मार ला मेरा दिमाग खराब एडा नक च दबाला वजना चाहिए मिठे तेरा मुँह इंजा जिमें जंग च कच्ची की होंगी शोज रज के कच्ची की होंगी दुश्मन ने कच्ची की प्री तेरा मुँह इंजा जिमें चूहे हैंड्स अप किया होंगे हैंड्स अप अच्छा बार्डर ते डिस्पेंसरी खोल के बह गया कहिंदे इत्थे लड़ाइयां बहुत होंदियां तुहाडा मुंह एदा वा थत्था हक रुदा आ दो आ दो आ दो तेरा मुंह इंजे जिवें पैलेट नूं किया होंदा जान दियो फेसबुक दी शेव कीती होंदी वाह अच्छी बात व्हाट्सएप ते चिट्टे आए होंदे यूट्यूब ना नहर च छाल मारी होंदी फेसबुक दा मेकअप कराया होंदा मेले यूट्यूब दा फटा लाया होंदा बैठे च गूगल की धूनी दिती होंगी फेसबुक का सफा पाटा होता फेसबुक तो लब्बे तो शुरू किया अच्छा यार गल पता की तुसी गल किसी होर पासे लै गए फैसल साहब जी तुसी परेशानी भी समझो तुसी सवा लख जुगत करती है तुहाडा बहुत सीनियर आदमी है उहदा तुसी हालात नहीं देख रहे आ देखो गौर नाल की लग रहा है फैसल भाई जी असीं बहुत दिनों रिस्पैक्ट करते हैं जस्ट एक शुगल करीदा मजाक करीदा प्यार करीदा अगर जिन्हां दा भी जुगत करते हैं ना साढ़े असीं बैक कैमरा बड़ा बड़ा इन्हां दी गल दा डिट जाईदा भी असीं गल करते हैं बाकी जिहड़ा तुसीं कह रहे हो जुगतां दा मुकाबला असीं नहीं कर सकते नहीं नहीं यार मैं भी शुगल लगा मैं तो डराया सी लेकिन तुसीं डरे ही नहीं गए और इंशाल्लाह जी असीं नेक्स्ट सेगमेंट शुरू गाती है तो गल मुक गई है बस नेक्स्ट सेगमेंट ठीक है सर असीं नेक्स्ट सेगमेंट शुरू करांगे इंशाल्लाह जिहड़े तुसीं सानूं प्यार मुहब्बत वाले कमेंट्स करदे हो असीं उहनां दे सारे एक एक डिबेट करांगे छोटे छोटे कमेंट्स दे असीं जवाब रिप्लाई करांगे तुहानूं शो दे विच इंशाल्लाह मजा आएगा कमेंट्स दे विच यानी कि नाज़रीन मैनूं जुगतां गिफ्ट करनियां तुसीं हाँ जी नाज़रीन मेरा नाम लिख के ना मेरा नाम लिख के तो मैनूं जुगतां मैनूं जिहड़ियां मैं करनियां ने इन्हां नूं मैं करांगा अगले ते अपना अकाउंट नंबर नहीं दे देना है ईद भी आ रही है कदे नहीं देंगा अल्लाह मैनूं अपनी जनाब चो दे अल्लाह सब नूं अपनी जनाब चो दे यार पांच फैसल दी आदत मैनूं बहुत माड़ी लगदी नहीं नहीं यार इस गल्लों इह तवक्कल वाले आदमी है माशाल्लाह इन्हां दा अल्लाह पाक इन्हां नूं मजीद दे 10 एमबी दी चपेट हुंदी यार बड़ी लो जी नाज़रीन फैसल साहब नाल जैसे शुगल हो रहे सी सारे सी इन्हां दे वीर छोटे मिठा फरीद विद मी सोनी ते साढ़े वड्डे वीर ने ते लेकिन अखीर ने ते जस्ट एक फन सीगा तुहाडे लई ते साढ़े प्रोग्राम दा वेला मौका ते देखदे रहना सज्जाद जानी ऑफिशियल ते फेसबुक पेज सज्जाद जानी कॉमेडी उहनूं भी लाइक करो शेयर करो ते फेयर करो अल्लाह हाफिज़